ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਬਚਨ ਸਿੰਘ, ਸਨੋਹ ਗਿਆਨ ਸਿੰਘ, ਪਿੰਡ ਤਲਵੰਡੀ ਮਾਧੋ। ਮੈਂ ਮੁੜ ਤੋਂ ਹੀ ਖੇਤੀ ਦੇ ਨਾਲ ਜੁੜਿਆ ਹੋਇਆ ਹਾਂ। ਅਸੀਂ ਪ੍ਰੀਤ ਕੰਪਨੀ ਦੀ ਮਸ਼ੀਨ ਲਿਆਂਦੀ, ਪ੍ਰੀਤ ਕੰਪਨੀ ਨਾਲ ਜੁੜੇ। ਉਸ ਤੋਂ ਪਹਿਲਾਂ ਅਸੀਂ ਸ਼ੁਰੂ ਤੋਂ ਲੈ ਕੇ ਹੀ ਫਸਲਾਂ ਦੀ ਕਟਾਈ ਹਰੇਕ ਮਸ਼ੀਨਾਂ ਨਾਲ ਹੀ ਕਰਾਉਂਦੇ ਸੀ, ਪਰ ਕਈ ਵਾਰ ਪ੍ਰੀਤ ਕੰਪਨੀ ਦੀਆਂ ਮਸ਼ੀਨਾਂ ਕੋਲੋਂ ਵੀ ਫਸਲ ਦੀ ਕਟਾਈ ਕਰਾਈ, ਜਿਵੇਂ ਮੱਕੀ ਹੋ ਗਿਆ, ਝੋਨਾ ਹੋ ਗਿਆ। ਅਤੇ ਸਾਨੂੰ ਇਹਦੀ ਜਿਹੜੀ ਕਟਾਈ ਆ ਜਾਂ ਮਸ਼ੀਨ ਦੀ ਚਲਾਉਣ ਨੂੰ ਸਾਨੂੰ ਵਧੀਆ ਲੱਗੀ ਹੈ। ਅਤੇ ਅਸੀਂ ਫਿਰ ਆਪਣਾ ਮਨ ਬਣਾਇਆ ਅਤੇ ਪ੍ਰੀਤ ਕੰਪਨੀ ਵਾਲਿਆਂ ਕੋਲੋਂ 2020 ਵਿੱਚ ਪ੍ਰੀਤ ਮਸ਼ੀਨ ਲਿਆਂਦੀ। ਫਿਰ ਅਸੀਂ ਇਹਨਾਂ ਦੇ ਕੋਲੋਂ ਮੱਕੀ ਦੀ ਕਟਾਈ ਕਰਨ ਵਾਲਾ ਜਿਹੜਾ ਕਟਰ ਵਾ ਉਹ ਲਿਆਂਦਾ। ਇਸ ਕੰਪਨੀ ਦਾ ਕਟਰ ਸਭ ਤੋਂ ਵਧੀਆ ਚੱਲ ਰਿਹਾ ਜੀ। ਜ਼ਿਮੀਂਦਾਰ ਦਾ ਖਰਚਾ ਵੀ ਘੱਟ ਗਿਆ, ਕੰਮ ਵੀ ਜਲਦੀ ਹੋਣ ਲੱਗ ਪਿਆ, ਲੇਬਰ ਵੀ ਘੱਟ ਗਈ। ਸੋ ਉਸ ਤੋਂ ਬਾਅਦ ਫਿਰ ਅਸੀਂ ਮਨ ਬਣਾਇਆ ਵੀ ਪ੍ਰੀਤ ਕੰਪਨੀ ਵਾਲਿਆਂ ਨੇ 2008 ਦੇ ਵਿੱਚ ਡਬਲ ਥਰੈਸ਼ਰ ਮਸ਼ੀਨ ਤਿਆਰ ਕੀਤੀ ਸੀ। ਅਸੀਂ ਫਿਰ ਕੰਪਨੀ ਦੇ ਨਾਲ ਜਾ ਕੇ ਤਾਲਮੇਲ ਕੀਤਾ, ਉਹਨਾਂ ਕੋਲੋਂ ਪੁੱਛਿਆ ਵੀ ਸਾਨੂੰ ਡਬਲ ਥਰੈਸ਼ਰ ਵਾਲੀ ਏਸੀ, ਤਾਂ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਉਪਲਬਧ ਹੈਗੀ ਆ ਡਬਲ ਥਰੈਸ਼ਰ ਏਸੀ ਕੈਬਨ ਵਾਲੀ ਮਸ਼ੀਨ ਪ੍ਰੀਤ ਕੰਪਨੀ ਵਾਲਿਆਂ ਦੀ। ਸੋ ਸਾਨੂੰ ਬਹੁਤ ਹੀ ਵਧੀਆ ਲੱਗਾ, ਮਸ਼ੀਨ ਬਹੁਤ ਵਧੀਆ ਚੱਲ ਰਹੀ ਆ, ਕਿਸੇ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆਈ। ਹੋਰ ਇਸ ਕੰਪਨੀ ਦੀ ਇੱਕ ਹੋਰ ਵੱਡੀ ਖਾਸੀਅਤ ਹੈ ਜੀ, ਇਹਦਾ ਸਪੇਅਰ ਪਾਰਟਸ ਆਮ ਹਰ ਇੱਕ ਦੁਕਾਨ ਤੋਂ ਉਪਲਬਧ ਹੈਗਾ। ਬਹੁਤ ਵਧੀਆ ਇੰਜਣ, ਕਾਬਲ ਇੰਜਣ, ਕੋਈ ਲੋਟ ਨਹੀਂ ਮੰਨ ਰਿਹਾ ਏਸੀ ਦਾ, ਜਾਂ ਮੰਨ ਲਓ ਉਹਦੇ ਕਟਰ ਦਾ ਬੋਲ ਵੀ ਬਹੁਤ ਵਧੀਆ ਸਾਫ਼ ਤਿਆਰ ਕਰਦੀਆਂ ਮਸ਼ੀਨਾਂ ਇਹ। ਨਾ ਦਾਣਾ ਤੋੜਨ ਦੀ ਸ਼ਿਕਾਇਤ ਆ, ਨਾ ਦਾਣਾ ਪਿੱਛੇ ਮਾਰਦੀ ਆ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ। ਬਹੁਤ ਹੀ ਵਧੀਆ ਰਿਜ਼ਲਟ ਹੈਗੇ ਇਸ ਕੰਪਨੀ ਦੇ। ਜਦਕਿ ਇਸ ਮਸ਼ੀਨ ਦੇ ਵਿੱਚ ਇੱਕ ਹੋਰ ਵਿਲੱਖਣਤਾ ਵਾਲੀ ਗੱਲ ਹੈਗੀ ਆ ਵੀ ਇਹਦੇ ਵਿੱਚ ਜਿਹੜੇ ਕਟਰ ਦੇ ਬਲੇਡ ਆ ਉਹ ਹੈਗੇ ਇਟਾਲੀਅਨ ਕੰਪਨੀ ਦੇ, ਜਿਹੜੇ ਕਟਾਈ ਕਰਨ ਵਿੱਚ ਮਸ਼ੀਨ ਦੀ। ਇਸ ਕਰਕੇ ਅਸੀਂ ਇਸ ਕੰਪਨੀ ਦੇ ਨਾਲ ਅਸੀਂ ਰਾਬਤਾ ਕਾਇਮ ਕੀਤਾ, ਕਾਇਮ ਕਰਕੇ ਅਤੇ ਫਿਰ ਅਸੀਂ ਹੁਣ ਦੋ ਮਸ਼ੀਨਾਂ, ਇੱਕ ਤਾਂ ਅਸੀਂ 2020 'ਚ ਲਿਆਂਦੀ ਸੀ, ਇੱਕ ਹੁਣ ਅਸੀਂ ਏਸੀ ਕੇਬਨ ਵਾਲੀ ਡਬਲ ਥਰੈਸ਼ਰ 4x4 ਮਸ਼ੀਨ ਲੈ ਕੇ ਆਏ। ਸੋ ਜਿਸ ਦਾ ਰਿਜ਼ਲਟ ਸਾਨੂੰ ਬਹੁਤ ਹੀ ਵਧੀਆ ਮਿਲਿਆ ਹੈ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਖਿਮਾ ਦਾ ਜਾ ਚੱਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।